ਅਸਲਾਮੁਅਲੈਕੁਮ ਤੇ ਹਾਂਜੀ ਸੁਣਾਓ ਕਿਦਾਂ ਤੁਸੀਂ ਠੀਕ ਹੋ ਉਮੀਦ ਕਰਦਾ ਸਾਡੇ ਠੀਕ ਠਾਕ ਹੋਵੋ ਕਿ ਤੇ ਅੱਜ ਫੇਰ ਸਾਡਾ ਯੂਨੀਵਰਸਿਟੀ ਦਾ ਕਾਨਫਰੰਸ ਦਾ ਡੇ 2 ਸੀ ਤੇ ਉਹਨਾਂ ਅੱਜ ਵੀ 8 ਵਜੇ ਬੁਲਾਇਆ ਸੀ ਤੇ ਰਾਡਾ ਵੀ ਰੈੱਡ ਛੱਡੀ ਹੋ ਕੇ 8 ਵਜੇ ਨਿਕਲ ਗਿਆ ਤੇ ਮੌਸਮ ਅੱਜ ਵੀ ਵੈਸਾ ਹੀ ਸੀ ਮਤਲਬ ਬਾਰਿਸ਼ ਸੀ ਤੇ ਚਿਕਰ ਵਗੈਰਾ ਆਇਆ ਸੀ ਇੱਥੇ ਨਾਲ ਬਹੁਤ ਜ਼ਿਆਦਾ ਤੇ ਤੁਹਾਨੂੰ ਪਤਾ ਫਿਰ ਸਵੇਰ ਸਵੇਰ ਨਾਲੇ ਨਾ ਤੋ ਕੇ ਠੰਡ ਵੀ ਲੱਗਦੀ ਮੈਂ ਕਿ ਸਕੂਨ ਸਕੂਨ ਨਾਲ ਚਲਾਈਏ ਮੋਟਰਸਾਈਕਲ ਜ਼ਿਆਦਾ ਤੇਜ਼ ਨਹੀਂ ਚਲਾਉਂਦੇ ਆ ਤੇ ਬਾਕੀ ਯੂਨੀਵਰਸਿਟੀ ਦੇ ਇੱਥੇ ਆ ਕੇ ਵੇਖਿਆ ਕਿ ਆ ਨਾ ਇੱਥੇ ਲੱਗਿਆ ਹੋਇਆ ਸੀ ਯੂਨੀਵਰਸਿਟੀ ਦੌਰ ਤੇ ਕਿ 5000 ਰੁਪਏ ਦੀ ਤੁਸੀਂ ਸ਼ਾਪਿੰਗ ਕਰੋ ਤੇ ਲੱਕੀ ਡਰਾਅ ਆਏਗਾ ਮੈਂ ਕਿਹਾ ਤੁਹਾਨੂੰ ਵੀ ਵਿਖਾਦੀ ਹੋ ਸਕਦਾ ਕੋਈ ਮਾਲੂਮਾਤ ਲੱਭ ਜੇ ਤੁਹਾਨੂੰ ਵੀ ਨਾਲੇਜ ਦਿੱਤੇ ਰਹਿਣਾ ਚਾਹੀਏ ਅੱਛਾ ਹੁੰਦਾ ਹੈ ਕਿ ਨਹੀਂ ਉਹ ਮੈਂ ਕਿਹਾ ਜ਼ਰਾ ਨਾਲੇਜ ਦੇ ਦਈਏ ਤੇ ਫਿਰ ਅਸੀਂ ਯੂਨੀਵਰਸਿਟੀ ਪਹੁੰਚ ਗਏ ਤੇ ਮੋਟਰ ਮੌਸਮ ਜਿਨਾ ਵੀ ਖਤਾਬ ਹੋਏ ਮੋਟਰਸਾਈਕਲ ਪਾਈ ਸੇ ਉੱਥੇ ਲਾਣਾ ਹੁੰਦਾ ਤੇ ਕੋਈ ਬੰਦਾ ਨਹੀਂ ਸਿਆਇਆ ਸੀ ਨਹੀਂ ਜਲਦੀ ਆਗੇ ਸਾਂ ਕਿ ਹਲੇ ਤੱਕ ਸੁਬਾ ਪਤਛੀਆਂ ਵਾਲੇ ਨਹੀਂ ਸੁਣਾਏ ਦੀਨਾਂ ਜਲਦੀ ਸਾਨੂੰ ਬੁਲਾ ਲਿਆ ਸੀ ਬਾਕੀ ਫੇਰ ਤੁਹਾਡੇ ਵੀਰ ਨੇ ਉਥੇ ਕਾਰਟ ਵਗਾਇਆ ਚੈੱਕ ਕਰਾਇਆ ਤੇ ਅੰਦਰ ਚਲਾ ਗਿਆ ਤੇ ਅੰਦਰ ਜਾ ਕੇ ਵੇਖਿਆ ਤੇ ਪਈ ਯੂਨੀਵਰਸਿਟੀ ਵੀ ਖਾਲੀ ਬਿਲਕੁਲ ਚਿਦੀਆਂ ਘੁੰਮਦੀਆਂ ਨੇ ਅੱਜ ਤੇ ਬਾਵੇਂ ਮਤਲਬ ਕੋਈ ਬੰਦਾ ਹੀ ਨਹੀਂ ਆ ਉੱਥੇ ਤੇ ਅੱਗੇ ਗਏ ਆ ਤੇ ਅੱਗੇ ਸਿਰਫ 3-4 ਮਤਲਬ ਬੈਕਗ੍ਰਾਉਂਡ ਦੇ ਵਿੱਚ ਲੋਕੀ ਖਲੋਤੇ ਸਨ ਲੇਕਿਨ ਕਵੇ ਕਵੇ ਸਨ ਠੀਕ ਹੈ ਫਿਰ ਡਿਪਾਰਟਮੈਂਟ ਗਿਆ ਹਾਂ ਕਿਉਂਕਿ ਮੈਂ ਆਸੀ ਮੈਸੇਜ ਕੀਤਾ ਡਿਪਾਰਟਮੈਂਟ ਆ ਜਾਣਾ ਉੱਥੇ ਗਏ ਆ ਤੇ ਭਾਈ ਉੱਥੇ ਮਤਲਬ ਚੱਕਰ ਦੀ ਪਿਆ ਤੁਹਾਡੇ ਵੀਰ ਨੂੰ ਉੱਥੇ ਉਹਨਾਂ ਆਖਿਆ ਜੀ ਪਈ ਕੋਈ ਸ਼ੈ ਨਹੀਂ ਹੈ ਤੇ ਤੁਸੀਂ ਦੁਬਾਰਾ ਜਾਓ ਜਾ ਕੇ ਕਾਨਫਰੈਂਸ ਇਸ ਫਿਰ ਤੁਹਾਡੇ ਵੀ ਜਿਆਦਾ ਕਾਨਫਰੈਂਸ ਹੋ ਮਿਲ ਜਾ ਰਿਹਾ ਹੈ ਤੇ ਉੱਥੇ ਕਾਨਫਰੈਂਸ ਰੂਮ ਦੇ ਵਿੱਚ ਲਵਰ ਤੋਂ ਹੋ ਕੇ ਤੇ ਕਾਨਫਰੈਂਸ ਰੂਮ ਵਾਲੇ ਪਾਸੇ ਗਏ ਆ ਤੇ ਇਸ ਮੇਰੇ ਜਾਣ ਤੋਂ ਪਹਿਲੇ ਨਾ ਕੋਈ ਸ਼ੁਰੂ ਸੀ ਯਾਰ ਕਿ ਕ੍ਰੀਏਟ ਕੀ ਕੰਕਰਾਂਟ ਕਿਹਦਾ ਹੋਣਾ ਸੀ ਉਹ ਹੋ ਰਿਹਾ ਸੀ ਠੀਕ ਹੈ ਉਹ ਅਸੀਂ ਗਏ ਆ ਤੇ ਇੱਕ ਦੋ ਮੀਟਿੰਗ ਰਹਿ ਗਈ ਸੀ ਤੇ ਉਹ ਇੱਕ ਦੋ ਮੀਟਿੰਗ ਵਗੈਰਾ ਲਈ ਹੈ ਤੇ ਉਸ ਤੋਂ ਬਾਅਦ ਸਾਰੇ ਇੰਜ ਧਿਆਨ ਨਾਲ ਵਸਉਂਦੇ ਸਨ ਜਿਵੇਂ ਨਾਲ ਸਮੇਂ ਲੱਗਦੀ ਹੋਏ ਤੇ ਖੇ ਕੱਟਾ ਸਮੇਂ ਲਗਣੀ ਹੈ ਮੇਰੇ ਨਾਲ ਦੇ ਸਾਰੇ ਆਹੋ ਸਮਝੋ ਜੇ ਡਾ ਲੈਕ ਹੋਵਨ ਤੇ ਐਜੂਕੇਸ਼ਨ ਡਿਪਾਰਟਮੈਂਟ ਚਾਵਨ ਬਾਕੀ ਠੀਕ ਹੈ ਫਿਰ ਅਗੂ ਫਿਰ ਨਤ ਲਾਵਤ ਵਗੈਰਾ ਕੀਤੀ ਤੇ ਇਹ ਬਾਈ ਮਤਲਬ ਨਾ ਇਲਾਮਾ ਇਕਬਾਲ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆਇਆ ਹੋਇਆ ਸੀ ਤੇ ਬਹੁਤ ਅੱਛੀਆਂ ਗੱਲਾਂ ਕਰ ਰਿਹਾ ਸੀ ਠੀਕ ਹੈ ਇੰਨੀ ਅੱਛੀਆਂ ਗੱਲਾਂ ਕਰਦੇ ਸੀ ਕਿ ਛੱਡ ਗੱਲਾਂ ਦੀ ਦੋਸਤਾਂ ਦੇ ਬੜੇ ਧਿਆਨ ਨਾਲ ਸੁਣਨੇ ਪਏ ਸਨ ਸਵੇ ਮੇਰੇ ਦੋਸਤ ਨੂੰ ਛੱਡ ਕੇ ਕਿਉਂਕਿ ਇਹ ਵਾਹਿਦ ਬੰਦਾ ਸੀ ਜਿਹੜਾ ਫੋਨ ਤੇ ਸਲਾਹ ਮੂਵੀ ਵੇਖ ਰਿਹਾ ਸੀ ਮੈਂ ਕਿਹਾ ਠੀਕ ਹੈ ਫਿਰ ਮੈਂ ਵੀ ਨਾਲ ਇਹਦੇ ਵੇਖਣ ਲੱਗ ਪਿਆ ਮਜ਼ੇ ਦੀ ਇਹ ਨਾ ਯਾਦ ਹੁਣ ਕੀ ਕਰ ਸਕਨੇ ਸਾਂ ਮੂਵੀ ਲੱਗੀ ਹੋਏ ਤੇ ਬੰਦਾ ਇਹਨਾਂ ਨੂੰ ਸੁਣੇ ਬਾਕੀ ਫਿਰ ਮੈਂ ਇਹਦੇ ਹਲ ਧਿਆਨ ਕੀਤਾ ਫਿਰ ਥੋੜੀ ਦੇਰ ਨਾ ਮਤਲਬ ਅੱਛੀਆਂ ਗੱਲਾਂ ਕਰ ਰਿਹਾ ਸੀ ਪੰਨਾ ਵੀ ਵੇਟ ਮੈਨੂੰ ਸੁਣਿਆ ਤੇ ਫਿਰ ਮੈਨੂੰ ਨੀਂਦ ਆ ਗਈ ਤੇ ਮੈਂ ਸੋ ਗਿਆ ਕਿਉਂ ਕਿਉਂ ਭਾਈ ਤਕਿਓਏ さん ਸਬਾਠ ਵਜੇ ਦੇ ਉੱਠੇ ਸਨ ਫਿਰ ਭਾਈ ਆ ਗਏ ਇਹ ਆ ਕੇ ਤੇ ਗਿੰਦਾ ਦੇ ਤੇ ਪਤਾ ਨਹੀਂ ਵਖਰੀ ਦੁਨੀਆ ਦੀਆਂ ਗੱਲਾਂ ਕਰਦਾ ਰਿਹਾ ਮੈਨੂੰ ਤੇ ਕੋਈ ਸਮਝ ਨਹੀਂ ਲੱਗੀ ਆ ਉਸ ਤੋਂ ਬਾਅਦ ਐ ਭਾਈ ਸਾਹਿਬ ਆਏ ਸੰ ਪਤਾ ਨਹੀਂ ਲੋ ਵੱਦ ਦੇ ਸੰ ਕਿ ਕਿਥੇ ਦੇ ਸੰ ਕਹਿੰਦੇ ਅਸੀਂ ਵੀ ਕਰਾ ਦੇ ਆਂ ਤੇ ਤੁਸੀਂ ਛੇਨ ਤੁਹਾਨੂੰ ਸਾਰਿਆਂ ਨੂੰ ਦਾਵਤ ਹੈ ਮੈਂ ਕਿਹਾ ਅਸੀਂ ਇੱਥੋਂ ਤੰਗ ਆਏ ਪਿਏ ਆਂ ਤੂੰ ਸਾਨੂੰ ਇੱਕ ਦਾਵਤ ਦੇ ਜਾਂ ਫਿਰ ਐ ਭਈ ਆਏ ਨੇ ਇਹ ਉਸਤਾਦ ਆਨੇ ਆ ਕੇ ਸਾਨੂੰ ਬਸ ਨਾ ਗਰਾਫ ਹੀ ਵਖਾਈ ਗਏ ਨੇ ਡਰਾਇੰਗਾਂ ਬਖਾਈਆਂ ਨਹੀਂ ਪਈ ਨੇ ਬਖਰੀਆਂ ਬਖਰੀਆਂ ਪਹਿਲੇ ਚੈੱਕ ਕਰੋ ਨਾ ਐ ਡਰਾਇੰਗ ਵਖਾਈਏ ਕਿ ਲਿਟਰੇਸੀ ਯੂਥ ਲਿਟਰੇਸੀ ਤੇ ਅਡਲਟ ਲਿਟਰੇਸੀ ਉਸ ਤੋਂ ਬਾਅਦ ਭਾਈ ਉਹ ਆਨੇ ਆ ਵਖਾਈ ਗੀ ਗਰਾਫ ਵਗੈਰਾ ਉਹ ਤੁਸਾਨੂੰ ਦੱਸ ਰਿਹਾ ਕਿ ਮਤਲਬ ਖ ਨਾ ਅਗਰ ਤੁਸੀਂ ਚਾਹਦੇ ਹੋ ਕਿ ਤੁਹਾਡੀ ਐਜੂਕੇਸ਼ਨ ਅੱਛੀ ਹੋਏ ਤੇ ਤੁਹਾਨੂੰ ਖਰਚਾ ਕਰਨਾ ਚਾਹੀਦਾ ਮੈਂ ਕਿਹਾ ਸਾਨੂੰ ਕੀ ਵਿਖਾ ਦੇ ਆ ਉਹਨਾਂ ਨੂੰ ਵਿਖਾ ਚਦੀ ਹਕੂਮਤ ਤੇ ਚਾਏ ਨੇ ਸਾਨੂੰ ਵਿਖਾਣ ਦਾ ਕੀ ਫਾਇਦਾ ਉਸ ਤੋਂ ਬਾਅਦ ਭਾਈ ਜੀ ਫੇਰ ਆਨਲਾਈਨ ਕਲਾਸਾਂ ਸ਼ੁਰੂ ਹੋਣ ਲੱਗ ਪਈਆਂ ਤੇ ਹਾਜ਼ਰੀ ਸਾਡੀ ਅੱਗੇ ਲੱਗ ਗਈ ਸੀ ਅਸੀਂ ਦਾਦੂ ਲਾ ਕੇ ਤੇ ਬਾਹਰ ਨਿਕਲ ਆਏ ਬਾਹਰ ਆ ਕੇ ਵੇਖਿਆ ਤੇ ਬਾਦਸ਼ੋ ਐਡਾ ਵਧੀਆ ਮੌਸਮ ਛੱਡ ਗੱਲਾਂ ਦੀ ਦੋ ਮਤਲਬ ਸਾਡੇ ਆਨ ਤੋਂ ਪਹਿਲੇ ਬਾਰਿਸ਼ ਵਗੈਰਾ ਪੈ ਚੁੱਕੀ ਸੀ ਲੇਕਿਨ ਅਸੀਂ ਬਾਦ ਆਏ ਤੇ ਹਲਕੀ ਹਲਕੀ ਪੈ ਰਹੀ ਸੀ ਤੇ ਫਿਰ ਮੌਸਮ ਫੇਲੇ ਵੀ ਮਤਲਬ ਅੱਛਾ ਹੀ ਸੀਗਾ ਮਤਲਬ ਬਾਦਸ਼ ਵਗੈਰਾ ਨਾਲੇ ਵੀ ਬਨੇ ਹੋਇਆ ਸੀ ਮੈਂ ਆਖਿਆ ਚਲੋ ਵੀਡੀਓ ਬਣਾ ਲਈਏ ਤੇ ਚੈੱਕ ਕਰੋ ਮੌਸਮ ਬਾਦਸ਼ ਬੱਦਲ ਵਗੈਰਾ ਹੋਏ ਹੋਏ ਸਨ ਮਤਲਬ ਸੋਤੇ ਚ ਵੀ ਨਿਕਲਿਆ ਸੀ ਕਦੀ ਕਦਾ ਸੋਤੇ ਹੀ ਨਿਕਲ ਆਂਦਾ ਹੈ ਫਿਰ ਬਾਦਸ਼ ਆ ਜਾਂਦੀ ਸੀ ਕੋਈ ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਹੋਣਾ ਮੈਂ ਆਖਿਆ ਚਲੋ ਫਿਰ ਨਾਲ ਮੌਸਮ ਇੰਜੋਏ ਕਰਦੇ ਆਂ ਨਾਲੇ ਸਟਾਲ ਵਗੈਰਾ ਦੇ ਪਾਸੇ ਜਾਂਦੇ ਆਂ ਉੱਥੇ ਸਟਾਲਾਲੇ ਪੈਸੇ ਗਏ ਆ ਤੇ ਉੱਥੇ ਯਾ ਸਾਨੂੰ ਨਾ ਪਾਣ ਵਾਲਾ ਲੱਗਿਆ ਅੱਛਾ ਮਤਲਬ ਮੈਂ ਕਿਹਾ ਚਲੋ ਪਾਣ ਖਾ ਲੈਂਦੇ ਆ ਪਾਣ ਲੀਲ ਤੇ ਲਿਆ ਕੇ ਲੇਕਿਨ ਸਾਨੂੰ ਇਹ ਨਾ ਪਤਾ ਲੱਗਿਆ ਮਤਲਬ ਖਾਣਾ ਕਿਵੇਂ ਇੱਥੇ ਤੇ ਉਹ ਹੀ ਗੱਲ ਬਣ ਗਈ ਮਤਲਬ ਗਰੀਬਾਂ ਦਾ ਖਲੇ ਦੋ ਜੇ ਤੇ ਦਿਨ ਹੋ ਗਏ ਲੰਬੇ ਹੁਣ ਮੇਰਾ ਵੀ ਦੇਖੇ ਪਿਆ ਇੱਥੇ ਕਿ ਕਿਵੇਂ ਖਾਣਾ ਹੈ ਖਾਣਾ ਕਿਵੇਂ ਮੈਂ ਤਾਂ ਚੱਕ ਚੁਕ ਮਾਰ ਕੇ ਭਾਈ ਓਖਾ ਸੋਖਾ ਹੋ ਕੇ ਖਾ ਲਿਆ ਇੱਥੇ ਹੁਣ ਭਾਈ ਨੂੰ ਸ਼ਰਮ ਆਏ ਪਿਆ ਕਹੇ ਚਵਲਾ ਨਾ ਮਾਰ ਮੇਰਾ ਨਾ ਨਾ ਬਣਾ ਵੀਡੀਓ ਮੈਂ ਪਾਣ ਮੈਨੂੰ ਨਹੀਂ ਕਦੀ ਖਾਦਾ ਮੈਂ ਕਿਹਾ ਚਲ ਕੋਈ ਨਹੀਂ ਖਾ ਲਾ ਯ ਯਾਰ ਮੈਂ ਤੇ ਮੇਰੇ ਦੋਸਤ ਨੇ ਯਾਰ ਲਿਲ ਤੇ ਲਿਆ ਪਾਨ ਲੇਕਿਨ ਯਾਰ ਐਂਜੂ ਦਾ ਮਤਲਬ ਜ਼ਾਇਕਾ ਆ ਰਿਹਾ ਜਿਵੇਂ ਚੀਨੀ ਨਹੀਂ ਪਾਈ ਹੁੰਦੀ ਹੁਣ ਪਤਾ ਨਹੀਂ ਅਸੀਂ ਤੇ ਪਹਿਲਾਂ ਕਦੀ ਖਾਦਾ ਕੋਈ ਨਹੀਂ ਸੀ ਆ ਇੱਥੇ ਮੇਦਾ ਵੀਰ ਦੇਖ ਰਿਹਾ ਵੇਚ ਕੇ ਪਤਾ ਨਹੀਂ ਨਾ ਕੋਈ ਜ਼ਹਿਰ ਵਗੈਰਾ ਨਹੀਂ ਪਾਤਾ ਮੈਂ ਕਹਿੰਦੀ ਨਹੀਂ ਨੀ ਵਾ ਜ਼ਹਿਰ ਨਹੀਂ ਆ ਉਹਨਾਂ ਬੰਦਿਆਂ ਨੂੰ ਖੁਆਣਾ ਮਾਰਦਾਂ ਥੋੜੀ ਤੇ ਫਿਰ ਅੱਗੇ ਨਿਕਲ ਆਇਆ ਮੈਂ ਕਹਾਂ ਚਲਾ ਹੁਣ ਦੂਸਰੇ ਸਟਾਲ ਵਾਲੇ ਪਾਸੇ ਜਾਂਦੇ ਆ ਇੱਕ ਸਟਾਲ ਵਾਲੇ ਪਾਸੋਂ ਤੇ ਹੋਇਆ ਐਸਾ ਤੇ ਇੱਥੇ ਫਿਰ ਦਾ ਵੀਊ ਚੈੱਕ ਕਰੋ ਬਾਸਕਟਬਾਲ ਦਾ ਗਰਾਊਂਡ ਚੈੱਕ ਕਰੋ ਕਿਹਦਾ ਲੱਗ ਰਿਹਾ ਫਿਰ ਇਧਰ ਸਟਾਲ ਵਾਲੇ ਪਾਸੇ ਆਏ ਆ ਤੇ ਉਹਨਾਂ ਵੀਡੀਓ-ਵੀਡੀਓ ਬਣਾਈ ਮੈਂ ਕਿਹਾ ਇਹ ਅੱਛਾ ਲੱਗ ਰਿਹਾ ਸੀ ਮੈਂ ਕਿਹਾਂਦੀ ਵੀਡੀਓ ਬਣਾ ਲਈ ਫਿਰ ਬਾਦੋਂ ਚਿਪਸ ਵਾਲੇ ਕੋਲ ਆ ਗਈ ਹਲਕੀ ਹਲਕੀ ਬਾਰਿਸ਼ ਹੋ ਰਹੀ ਸੀ ਫਿਰ ਇੱਥੇ ਬੈ ਗਏ ਅੰਦੇ ਸਿੱਤੇ ਖਲੋ ਕੇ ਚਿਪਸ ਦਾ ਇੰਤਜ਼ਾਰ ਕੀਤਾ ਨਾਲ ਲੱਗ ਸੇਕੀ ਫਿਰ ਇੱਥੇ ਤੁਹਾਡੇ ਵੀਨੋ ਚਿਪਸ ਲੱਭ ਗਈ ਹਾਲਾਂਕਿ ਮੈਂ ਆਇਆ ਲੇਟ ਸਾਂ ਲੇਕਿਨ ਉਸਤਾਦ ਉਹਨਾਂ ਨੇ ਆਖਿਆ ਯਾਰ ਤੂੰ ਸੇਲਣਾ ਖਾ ਮੇਰਾ ਤਾਂ ਚਿਪਸ ਲੈ ਤੇ ਛੁੱਟੀ ਗਾ ਮੈਂ ਕਿਹਾ ਠੀਕ ਹੈ ਮੈਨੂੰ ਚ ਇਥੇ ਫਿਰ ਮਤਲਬ 2 ਮਿੰਟ ਨਹੀਂ ਲੰਗੇ ਤੇ ਸੁਦਾਈ ਨਿਕਲ ਆਇਆ ਮੈਂ ਕਿਹਾ ਵੀ ਸਹੀ ਹੈ ਕਦੀ ਸੁਦਾਈ ਨਿਕਲਾਂਦਾ ਕਦੀ ਬਾਰਿਸ਼ ਹੋ ਜਾਂਦੀ ਉਹ ਲੈ ਇੱਕ ਵਾਰੀ ਨਿਕਲਣਾ ਤੇ ਭਾਈ ਇੱਕ ਵਾਰੀ ਨਿਕਲ ਲੇਕਿਨ ਫਿਰ ਇਥੇ ਅਸੀਂ ਵੀ ਨਿਕਲ ਆਏ ਫਿਰ ਯੂਨੀਵਰਸਿਟੀ ਉਪਰ ਸੁਦਾਈ ਤੇ ਨਿਕਲਿਆ ਕੋਈ ਨਾਲ ਸੀ ਨਹੀਂ ਨਿਕਲ ਆਇਆ ਇਥੇ ਕੋਬਾਰੇ ਵਗੈਰਾ ਲਾ ਕੇ ਨਾ ਇਸਤਕਬਾਲ ਕੀਤਾ ਹੋਇਆ ਸੀ ਮੈਂ ਕਿਹਾ ਸਹੀ ਹੈ ਅਸੀਂ ਅੰਦਰ ਗਏ ਤੇ ਉਦੋਂ ਕੋਈ ਸ਼ੈ ਨਹੀਂ ਸੀ ਲੱਗੀ ਇਥੇ ਫਿਰ ਬਾਹਰ ਨਿਕਲ ਆਏ ਨਾਲੇ ਮੌਸਮ ਇੰਜੋਏ ਕੀਤਾ ਨਾਲੇ ਘਾਟ ਵਾਸਤੇ ਨੂੰ ਮੋਟਰਸਾਈਕਲ ਤੇ ਬੈਠ ਕੇ ਆ ਗਏ ਤੇ ਬਾਕੀ ਆ ਤੁਸੀਂ ਵੀ ਆਪਣਾ ਖਿਆਲ ਰੱਖੋ ਤੇ ਅੱਲਾ ਹਾਫੀਜ਼ ਟਾਟਾ ਬਾਏ